ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਅੱਜ ਆਪਾਂ ਗੱਲ ਕਰਦੇ ਹਾਂ ਡਾਕਟਰ ਦੇ ਮੁੱਦੇ ਤੇ ਮੈਂ ਬਸ ਇਦਾਂ ਹੀ ਕਿਉਂਕਿ ਉਹ ਸਾਹਮਣੇ ਮਸ਼ੀਨ ਲੱਗੀ ਆ ਮੈਂ ਦਿਖਾ ਲ ਦਿੰਨਾ ਉਹ ਸਾਹਮਣੇ ਮਸ਼ੀਨ ਲੱਗੀ ਆ ਤੇ ਇਸ ਕਰਕੇ ਬਾਲਾ ਮੈਂ ਕੋਈ ਪਰਨਾ ਨਹੀਂ ਬੱਦਾ ਕਿਉਂਕਿ ਪਿੱਛੇ ਪਿੱਛੇ ਵੜਨਾ ਪੈਣਾ ਉਹ ਦੱਤਰੀ ਲੈ ਕੇ ਬੰਨਾ ਬੰਨਾ ਛੰਗਣਾ ਪੈਣਾ ਤੇ ਇਦਾਂ ਠੱਠੇ ਜਿਹੀ ਬਣੇ ਆ ਸੋ ਚੱਲਿਆ ਉਧਰ ਨੂੰ ਕੀ ਨਾਲ ਇਦਾਂ ਮਸ਼ੀਨ ਵਾਲਾ ਆਇਆ ਹੁਣ ਹਨਾ ਲੱਗੇ ਗਣਕਾਂ ਵਢਣ ਸੋ ਵੀਰੋ ਜਿੱਦਾਂ ਕੀ ਡਾਇਰੈਕਟਰ ਦੀ ਪੋਲ ਹੁਣ ਹੌਲੀ ਹੌਲੀ ਖੁੱਲਣ ਲੱਗੀ ਆ ਤੇ ਇਹਦਾ ਸਮਾਨ ਸਾਰਾ ਆਪਣੇ ਕੋਲ ਆ ਗਿਆ ਆ ਜਿਹੜੇ ਜਿਹੜੇ ਵੀਰਾਂ ਨੇ ਵੱਧ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਇਹ ਬੰਦਾ ਇੱਥੋਂ ਤੱਕ ਵੀ ਗਿਰੂਗਾ ਕਿ ਮੈਨੂੰ ਪੁਲਿਸ ਕੋ ਫੜਾਉਣ ਦੀ ਕੋਸ਼ਿਸ਼ ਪੂਰੀ ਕਰੂਗਾ ਹੁਣ ਰੱਜ ਕੇ ਇਹਦੇ ਸਮਾਨ ਇਹ ਇਦਾਂ ਇਦਾਂ ਦਾ ਇਹਦਾ ਇਹ ਚੀਜ਼ਾਂ ਇਹ ਤੇ ਮੇਰੀਆਂ ਮਤਲਬ ਵੀਡੀਓ ਉਹ ਪਾ ਦਿਆ ਨਾ ਜਿੱਤੇ ਮੈਂ ਇਹਨੂੰ ਗਾਲਾਂ ਕੱਢ ਰਿਹਾ ਜਾਂ ਜਿਹੜੀਆਂ ਲੱਭ ਰਹੀਆਂ ਇਹਨੂੰ ਪਰ ਮੈਂ ਜਿਹੜੀਆਂ ਵੀਡੀਓ ਉਹ ਪਾ ਰਿਹਾ ਜੋ ਇਹਦਾ ਅਸਲੀ ਕਿਰਦਾਰ ਹੈ ਬੰਦੇ ਦਾ ਬਈ ਜੀ ਉਹ ਵੀਡੀਓ ਪਾ ਰਹੇ ਆ ਡਾਕਟਰ ਦੀਆਂ ਜਿਹੜਾ ਇਹਦਾ ਅਸਲੀ ਕਿਰਦਾਰ ਆ ਸੋ ਫਿਰ ਦੁਬਾਰਾ ਕਹਿ ਦਿੰਨਾ ਸ਼ੇਅਰ ਕਰਿਓ ਇਹ ਬੰਦਾ ਸਿਰਫ ਕੀ ਕਰਦਾ ਵੀਡੀਓ ਨੂੰ ਕੱਟ ਕੇ ਸ਼ਾਰਟ ਕਰਕੇ ਤੇ ਆਪਣੇ ਪੇਜ ਤੇ ਪਾ ਕੇ ਤੇ ਕੁਝ ਹੋਰ ਲਿਖ ਦਿੰਦਾ ਹੁਣ ਮੇਰੀ ਇੱਕ ਇਹਨੇ ਵੀਡੀਓ ਪਾਈ ਉਹ ਵੀ ਕੱਟਤੀ ਪਿੱਛੋਂ ਜਾ ਕੇ ਪਿੱਛੋਂ ਜਾ ਕੇ ਫਿਰ ਕੱਟਤੀ ਤੇ ਥੱਲੇ ਲਿਖਤਾ ਆ ਕਿ ਇਸ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਮਿੱਤਰਾ ਕਾਰਵਾਈ ਤੇ ਤੇਰੀ ਕੌਮ ਹੁਣ ਤੇਰੇ ਤੇ ਕਰੂਗੀ ਜਦੋਂ ਮੈਂ ਤੇਰਾ ਸਾਰਾ ਕੱਚਾ ਚਿੱਠਾ ਪੇਜ ਦੇ ਉੱਤੇ ਲਿਆਂਦਾ ਤੇ ਚੈੱਕ ਕਰ ਲਿਓ ਸਾਰਾ ਪੇਜ ਅੱਜ ਮੇਰਾ ਸਾਰਾ ਪੇਜ ਚੈੱਕ ਕਰਿਓ ਅੱਜ ਕਿ ਇਹ ਪੁੱਤ ਕਿਹਦਾ ਇਹ ਆਪਣੇ ਆਪ ਨੂੰ ਗੁਰੂ ਦਾ ਸਿੰਘ ਕਹਿੰਦਾ ਪੁੱਤ ਪਤਾ ਕਿਹਦਾ ਏ ਮੈਂ ਨਹੀਂ ਕੁਝ ਵੀ ਬੋਲਣਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਝੂਠਾ ਪਰਚਾ ਕਰਵਾ ਕੇ ਅੰਦਰ ਕਰਾਵੇ ਮੈਨ ਨਹੀਂ ਜਾਂਦਾ ਕਿਉਂਕਿ ਮੈਨੂੰ ਅਜੇ ਇਹਦੇ ਖਿਲਾਫ ਬਹੁਤ ਪ੍ਰੂਫ ਮਰਜੀ ਸਿੰਘ ਭਰਾਵਾਂ ਨੂੰ ਰੰਗਰੇਟੇ ਸਿੰਘਾਂ ਨੂੰ ਦੇਣੇ ਆ ਤਾਂ ਤੁਸੀਂ ਸਾਰੇ ਹੀ ਵੀਰ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਆਰਐਸਐਸ ਦਾ ਬੰਦਾ ਸਾਡਾ ਕੁਝ ਨਹੀਂ ਲੱਗਦਾ ਨਾ ਮਰਜੀ ਸਿੰਘਾਂ ਦਾ ਤੇ ਵਾਲਮੀਕ ਭਾਈ ਚਾਰੇ ਨੂੰ ਵੀ ਬੇਨਤੀ ਆ ਕਿ ਵੀਡੀਓ ਪਾਈ ਆ ਤੁਸੀਂ ਦੇਖ ਲਿਓ ਤੁਹਾਡੇ ਬਾਰੇ ਕੀ ਬਕਵਾਸ ਕਰ ਰਿਹਾ ਹੈ ਬੰਦਾ ਔਰ ਤੁਹਾਨੂੰ ਹੀ ਯੂਜ਼ ਕਰਦਾ ਪਿਆ ਹੈ ਤੁਹਾਨੂੰ ਹੀ ਵਰਤਦਾ ਪਿਆ ਹੈ। ਔਰ ਜਿਹੜੇ ਕੁਝ ਚੰਦ ਡਾਇਰੈਕਟਰ ਸਾਹਿਬ ਜੀ ਤੁਸੀਂ ਆਪਣੇ ਨਾਲ ਵੀਰਾਂ ਭਰਾਵਾਂ ਨੂੰ ਭੜਕਾ ਕੇ ਨਾਲ ਆਪਣਾ ਰੱਖ ਰਹੇ ਆ ਨਾ ਸਮਾਂ ਥੋੜਾ ਜਿਹਾ ਸਾਨੂੰ ਹੋਰ ਦਿਓ ਥੋੜਾ ਜਿਹਾ ਹੋਰ ਦਿਓ ਅਜੇ ਤੇ ਇਹੋ ਇਹੋ ਜੇ ਤੱਥ ਤੇਰੇ ਕੱਢ ਕੇ ਲੈ ਕੇ ਆਵਾਂਗੇ ਇਹੋ ਇਹੋ ਜੀਆਂ ਵੀਡੀਓ ਤੇਰੀਆਂ ਲੈ ਕੇ ਆਵਾਂਗੇ ਕਿ ਤੂੰ ਆਪਣੇ ਘਰੋਂ ਨਿਕਲ ਜੋਗਾ ਨਾ ਰਹੇਂਗਾ। ਠੀਕ ਹੈ ਤੂੰ ਘਰੋਂ ਨਿਕਲ ਜੋਗਾ ਨਾ ਰਹੇਗਾ ਤੈਨੂੰ ਬੜਾ ਸਮਝਾਇਆ ਸੀ ਵੀ ਨਹੀਂ ਯਾਰ ਨਹੀਂ ਯਾਰ ਹਟ ਜਾ ਹਟ ਜਾ ਹਟ ਜਾ ਜਾਤਾਂ ਪਾਤਾਂ ਦੇ ਕੁਛ ਨਹੀਂ ਰੱਖਿਆ ਅਸੀਂ ਵੀ ਚੁੱਪ ਕਰਕੇ ਬਹਿ ਗਏ ਹਾਂ ਸਾਰੇ ਬਹਿ ਗਏ ਆ ਪਰ ਤੂੰ ਫੇਰ ਨਹੀਂ ਹਟਿਆ ਸੋ ਗੁਰੂ ਪਿਆਰਿਓ ਮੈਂ ਇਸ ਕਰਕੇ ਅੱਜ ਲਾਈਵ ਆ ਕਿ ਪੇਜ ਤੇ ਵੀਡੀਓ ਪਾਈ ਆ ਤਿੰਨ ਵੀਡੀਓ ਪਈਆਂ ਇੱਕ ਦੇ ਵਿੱਚ ਇਹ ਬੰਦਾ ਕਹਿ ਰਿਹਾ ਇੱਕ ਭੈਣ ਨੇ ਇਹਨੂੰ ਕੁਐਸਚਨ ਕੀਤਾ ਵੀ ਤੂੰ ਗੁਰੂ ਦਾ ਸਿੰਘ ਵਾਂ ਰੰਗਰੇਟਾ ਵਾਂ ਕਿ ਜਾਂ ਡਾਕਟਰ ਅੰਬੇਦਕਰ ਜੀ ਦਾ ਬੇਟਾ ਵਾਂ ਇਹ ਆਂਦਾ ਮੈਂ ਡਾਕਟਰ ਅੰਬੇਦਕਰ ਜੀ ਦਾ ਬੇਟਾ ਆ ਨੰਬਰ 1 ਚਲੋ ਕੋਈ ਨਹੀਂ ਜਿਹਦਾ ਵੀ ਬੇਟਾ ਆ ਸਾਨੂੰ ਪਰ ਆਪਣੇ ਆਪ ਨਾ ਫੇਰ ਰੰਗਰੇਟਾ ਸ਼ਬਦ ਲਾ ਦੇਵੇ ਨਾ ਜੇ ਡਾਕਟਰ ਸਾਹਿਬ ਦਾ ਪੁੱਤ ਆ ਔਰ ਨੰਬਰ 2 ਦੀ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਜਿੰਨਾ ਚਿਰ ਮੈਂ ਵਾਲਮੀਕ ਦੀ ਜੈ ਜਾਂ ਇਹੋ ਜਿਹਾ ਕੁਝ ਵੀ ਨਹੀਂ ਕਹਿੰਦਾ ਹਰੇਕ ਚੀਜ਼ ਦਾ ਮਤਲਬ ਕੀ ਕੁਝ ਵੀ ਨਹੀਂ ਕਹਿੰਦਾ ਬੋਲਦਾ ਮੈਂ ਤਾਂ ਮੈਨੂੰ ਮਤਲਬ ਕੀ ਡਰ ਆ ਮੈਨੂੰ ਇਹਨਾਂ ਚੀਜ਼ਾਂ ਤੋਂ ਡਰ ਲੱਗਦਾ ਵਾ ਵੀ ਮੈਨੂੰ ਮੈਨੂੰ ਖਤਰਾ ਆ ਫਿਰ ਮੈਂ ਇਹ ਫਿਰ ਆਰਐਸ ਦਾ ਮਤਲਬ ਕੀ ਆਰਐਸਐਸ ਦਾ ਮੈਨੂੰ ਲੋਕੀ ਕਹਿੰਦੇ ਆ ਵੀ ਜੇ ਮੈਂ ਸਾਰਿਆਂ ਨੂੰ ਰਲ ਕੇ ਚਲਾ ਮਤਲਬ ਕਿਦਾਂ ਫਿੱਟ ਕਰਨਾ ਸਾਰਿਆਂ ਨੂੰ ਰਲ ਕੇ ਕਿਦਾਂ ਚਲਾਉਣਾ ਕਿਦਾਂ ਨਹੀਂ ਉਹ ਵੀਡੀਓ ਇਹਦੀ ਜ਼ਰੂਰ ਦੇਖਿਓ ਸਾਰੇ ਜਣੇ ਤੁਹਾਨੂੰ ਕੱਚੇ ਚਿੱਠੇ ਦੇ ਖੁੱਲ ਜਾਣਗੇ ਬੰਦੇ ਦੇ ਵੀ ਇਹ ਬੰਦਾ ਕਿੰਨਾ ਦਾ ਬੰਦਾ ਆ ਇਹ ਬੰਦਾ ਦਿੱਲੀ ਦਾ ਆ ਜਿਹੜਾ ਕੀ ਪਵਾੜੇ ਪਾਰਿਆ ਆ ਜਟਾ ਤੇ ਮਜਬੀਆਂ ਸਿੰਘਾਂ ਦੇ ਵਿੱਚ ਠੀਕ ਹੈ ਜੀ ਔਰ ਇਸ ਇੱਕ ਬੰਨੇ ਜਿਹੜੀ ਇਹ ਆਪਣੀ ਗੱਲ ਕਰਦਾ ਪਿਆ ਨਾ ਆਪਣਾ ਕਿ ਤੈਨੂੰ ਮੇਰੀ ਵੀਡੀਓ ਪਾ ਕੇ ਉੱਪਰ ਲਿਖ ਕੇ ਕਿ ਲਾਲੀ ਤੇ ਆਹ ਹੈ ਕਾਰਵਾਈ ਕਰਨੀ ਬੰਦੀ ਹੈ ਕਾਰਵਾਈ ਤੇ ਪੁੱਤਰ ਜੀ ਤੇਰੇ ਤੇ ਹੋਊਗੀ ਤੇ ਤੇਰੇ ਤੇ ਜੱਟ ਜੱਟ ਤੇ ਮਜੀਬ ਸਿੰਘ ਪਹਿਲੀ ਗੱਲ ਕਿ ਸਿੱਖ ਦੀ ਕੋਈ ਜਾਤ ਨਹੀਂ ਹੈ ਤੇ ਲੇਕਿਨ ਤੂੰ ਜਿਹੜੇ ਜਾਤ ਦੇ ਵੱਡਾ ਤੂੰ ਬਣਿਆ ਫਿਰਦਾ ਨਾ ਮਨਿਸਟਰ ਕਾਰਬਾਈ ਤੇਰੇ ਤੇ ਤੇਰੇ ਹੀ ਰੰਗ ਰੇਟੇ ਸਿੰਘ ਹੁਣ ਛੇਤੀ ਕਰਨਗੇ ਛੇਤੀ ਕਿਉਂਕਿ 40 ਮੁਕਤੀਆਂ ਨੂੰ ਤੂੰ ਆਪ ਤੂੰ 40 ਮੁਕਤੀਆਂ ਨੂੰ ਭਗਾਉੜਾ ਬਦਾਵੀਏ ਕੌਮ ਦਸਣ ਵਾਲਾ ਸਾਡੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ਜੇ ਅੰਬੇਦਕਰ ਨੂੰ ਕੋਈ ਮਾੜਾ ਚੰਗਾ ਸ਼ਬਦ ਬੋਲੇ ਫੇਰ ਤੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਅਜੇ ਕੀ ਤੂੰ ਕਿਸੇ ਦਾ ਬਣੇਗਾ ਤੂੰ ਦੋਗਲਾ ਆ ਤੂੰ ਆ ਦੋਗਲਾ ਤੂੰ ਸਿਰਫ ਕੌਮ ਦੇ ਦੋ ਫਾੜ ਕਰਨ ਲਈ ਜਿਹੜਾ ਵਾ ਉਹ ਜਨਮ ਲਿਆ ਆ ਤੇ ਪੈਸੇ ਮਿਲ ਰਹੇ ਆ ਬਸ ਆ ਕੰਮ ਤੇਰਾ ਆ ਠੀਕ ਹੈ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ ਹੁਣ ਤੇਰਾ ਜਲੂਸ ਮੈਂ ਨਹੀਂ ਕਰਦੂੰਗਾ ਬੜਿਆਂ ਜਾਣਿਆਂ ਕੋਈ ਵੀਡੀਓ ਪਾ ਕੇ ਤੇਰਾ ਜਲੂਸ ਛੇਤੀ ਤੋਂ ਛੇਤੀ ਕਢਾਉਂਗਾ ਜੱਟਾ ਤੂੰ ਯਾਦ ਰੱਖੇ ਕੀ ਬਣਾਉਣਾ ਤੇਰਾ ਹਾਲ ਮੈਂ ਤੂੰ ਤੇ ਮੇਰੀਆਂ ਉਹ ਮੇਰੀਆਂ ਹੀ ਚਚਾਕੇ ਦੀਆਂ ਵੀਡੀਓ ਸਿਆਲ ਵਾਲੀਆਂ ਤੇ ਪ੍ਰਾਣੀਆਂ ਪ੍ਰੂਣੀਆਂ ਤੇ ਮੈਂ ਤੇ ਤੇਰੀਆਂ ਸ਼ੁੱਧ ਪਿਓਰ ਸ਼ੁੱਧ ਸ਼ੁੱਧ ਪਿਓਰ ਵੀਡੀਓ ਕੱਢ ਕੱਢ ਕੇ ਲੈ ਕੇ ਆ ਰਿਆਂ ਕਿ ਨਹੀਂ ਆ ਰਿਆ ਇਹ ਤੇਰੇ ਹੀ ਕਈ ਵਿੱਚ ਵੀਰ ਆ ਜਿਹੜੇ ਸਾਡੇ ਤੱਕ ਪਹੁੰਚਾਰੇ ਆ ਠੀਕ ਹੈ ਜਉਂਦਾ ਵਸਦਾ ਰ ਚੜ੍ਹਦੀ ਕਲਾ ਚ ਰ ਮਸ਼ੀਨ ਲੱਗੀ ਆ ਚੱਲਿਆਂ ਉਧਰ ਨੂੰ ਮੈਂ ਤੇ ਸਾਰੇ ਮੇਰੇ ਵੀਰ ਇਹਦੀਆਂ ਜਿੰਨੀਆਂ ਵੀ ਵੀਡੀਓ ਮੈਂ ਪਾਈਆਂ ਨਾ ਦੋ ਤਿੰਨ ਚੱਕ ਰਿਓ ਘਰੇ ਤੋਂ ਕੋਲਾ ਦੋ ਵੀਡੀਓ ਦੀਆਂ ਇਹੋ ਜਿਹੇ ਸ਼ੇਅਰ ਕਰੂੰਗਾ ਮੁੜ ਕੇ ਕਦੀ ਨਹੀਂ ਬੋਲੂਗਾ ਇਹੋ ਜਿਹੇ ਦੋ ਵੀਡੀਓ ਇਹਦੀਆਂ ਮੈਂ ਪਾਉਂਗਾ ਮਰਬੀ ਸਿੰਘਾਂ ਦੀਆਂ ਵੀ ਅੱਖਾਂ ਖੁੱਲ ਜਾਣਗੀਆਂ ਸਾਰੇ ਦੀਆਂ ਅੱਖਾਂ ਖੁੱਲ ਜਾਣਗੀਆਂ ਕਿ ਇਹ ਬੰਦਾ ਕੌਣ ਆ ਲੇਕਿਨ 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 ਮੈਂ ਤੈਨੂੰ ਅਜੇ ਵੀ ਮੌਕਾ ਦਿੰਨਾ ਕਿ ਬੋਲ ਸਿੱਖਾਂ ਲਈ ਬੋਲ ਜਿੱਦਾਂ ਮਰਜ਼ੀ ਬੋਲ ਭਾਵੇਂ ਤੂੰ ਰੰਗਰੇਟੇ ਸਿੰਘਾਂ ਬਾਰੇ ਬੋਲ ਬਾਬਾ ਜੀਵਨ ਸਿੰਘ ਬਾਰੇ ਬੋਲ ਸਾਡੇ ਹੀ ਸਾਰੇ ਹੋ ਪਰ ਜਿਹੜਾ ਤੂੰ ਆਪਣੀ ਮੋਛ ਨੂੰ ਤਾ ਦੇ ਕੇ ਜਿਹੜੀਆਂ ਗੱਲਾਂ ਕਰਦਾ ਹੈ ਬੰਦ ਕਰ ਦੇ ਨਹੀਂ ਤੇ ਜੇ ਉਹ ਦੋ ਵੀਡੀਓ ਪੈ ਗਈਆਂ ਤੇ ਤੇਰਾ ਨਿਕਲ ਜਲੂਸ ਜਾਣਾ ਇਹ ਮੈਂ ਆਪ ਨਹੀਂ ਪਾਉਣੀਆ ਕਿਸੇ ਹੋਰ ਕੋ ਪਾਉਂਗਾ ਉਹ ਪੂਰੇ ਫਿਰ ਤੱਥਾਂ ਨਾਲ ਹੈਰੀ ਨੂੰ ਜਾਣਨਾ ਨਾ ਹੈਰੀ ਕਲੈਕਸ਼ਨ ਨੂੰ ਉਹ ਫਿਰ ਪੂਰੇ ਤੱਥ ਕੱਢਦਾ ਹੁੰਦਾ ਵੀਡੀਓ ਦੇ ਤੇ ਇਸ ਕਰਕੇ ਮੇਰਾ ਭਰਾ ਚੁੱਪ ਕਰ ਜਾਣ ਅਜੇ ਤੇ ਤਿੰਨ ਵੀਡੀਓ ਪਾਈਆਂ ਤੇਰੀਆਂ ਸਿਰਫ ਤਿੰਨ ਉਹ ਵੀ ਸਾਡੇ ਵੀਰ ਭਰਾਵਾਂ ਨੇ ਅਜੇ ਬਹੁਤ ਘੱਟ ਸ਼ੇਅਰ ਕੀਤੀਆਂ ਜੇ ਉਹ ਵੀਡੀਓ ਵਾਇਰਲ ਹੋ ਜਾਂਦੀਆਂ ਤੇਰੀਆਂ ਪਹਿਲੀ ਗੱਲ ਤੇ ਹੋ ਹੀ ਜਾਣੀਆਂ ਹੁਣ ਮੈਂ ਲਾਈਵ ਦੇ ਵਿੱਚ ਕਹਤਾਂ ਆ ਕਿ ਸਾਰੇ ਜਣੇ ਸਾਰਾ ਪੇਜ ਚੈੱਕ ਕਰੋ ਮੇਰਾ ਇੱਕ ਵਾਰ ਤੇ ਵਾਲਮੀਕ ਭਾਈਚਾਰਾ ਵੀ ਕਿਉਂਕਿ ਇਹ ਤੁਹਾਡੇ ਮੋਢਿਆਂ ਤੇ ਰੱਖ ਕੇ ਚਲਾਉਣ ਵਾਲਾ ਬੰਦੂਕ ਆ ਬੰਦਾ ਤੇ ਪਰਚੇ ਕਰਾਉਣ ਵਾਲਾ ਤੁਹਾਡੇ ਮੋਢਿਆਂ ਤੇ ਰੱਖ ਕੇ ਪੱਲੇ ਦੇ ਕੱਖ ਨਹੀਂ ਸੋ ਧੰਨਵਾਦ ਵੀਰੋ ਜਿਉਂਦੇ ਵਾਸਤੇ ਰਹੋ ਗੁਰਵਿੰਦਰ ਸਿੰਘ ਜੀ ਖਾਲਸਤਾਨੀ ਕਹਿੰਦੇ ਆ ਲਾਲੀ ਨਾਲ ਹੈ ਵੀਰ ਤੇ ਧੰਨਵਾਦ ਵੀਰ ਜੀ ਸਾਰੇ ਵੀਰਾਂ ਦਾ ਕੈਨ ਯੂ ਸੈਂਡ ਮੀ ਯੂਅਰ ਨੰਬਰ ਪਲੀਜ਼ ਨੋ ਜੀ ਕਿਉਂਕਿ ਬਹੁਤ ਵਾਰ ਆਈ ਸੈਂਡ ਪਤਾ ਨਹੀਂ ਕੀ ਕਹੋ ਜੇ ਅਸੀਂ ਅੰਗਰੇਜ਼ੀ ਅੰਗਰੇਜ਼ਾਂ ਦੀ ਲਾਦ ਨਹੀਂ ਹੈਗੇ ਮੇਰੇ ਵੀਰ ਸ਼ੁੱਧ ਪੰਜਾਬੀ ਚ ਗੱਲ ਕਰਨ ਦਾ ਸ਼ੁੱਧ ਪੰਜਾਬੀ ਦੇ ਵਿੱਚ ਲਿਖਦੇ ਨੇ ਕਿ ਮੈਨੂੰ ਨੰਬਰ ਚਾਹੀਦਾ ਤੇ ਮੈਂ ਨੰਬਰ ਆਪਣਾ ਕਈ ਵਾਰ ਦਿੱਤਾ ਵੀ ਆ ਮੇਰੇ ਭਰਾ ਮੈਂ ਨੰਬਰ ਆਪਣਾ ਕਈ ਵਾਰ ਦਿੱਤਾ ਵੀ ਆ ਜਾਰੀ ਭਰ ਦੇਣਾ ਵੀ ਬਾਲੀ ਗੱਲ ਨਹੀਂ ਜੋ ਦੋ ਗਾਲ ਗੂਲ ਕੱਢਣੀ ਨਾ ਇਹਦੇ ਵਿੱਚ ਕਮੈਂਟਾਂ ਦੇ ਕਰ ਆਪਣੇ ਕੱਢ ਲਾ ਤੇ ਬਾਕੀ ਹੁਣ ਜਲੂਸ ਡਾਕਟਰ ਸਾਹਿਬ ਤੁਹਾਡਾ ਥੋੜੇ ਦਿਨਾਂ ਤੱਕ ਅਸੀਂ ਦੋ ਵੀਡੀਓ ਪਾਉਣੀਆਂ ਦੋ ਵੀਡੀਓ ਤਿੰਨ ਪੈ ਗਈਆਂ ਉਹ ਜਿਹੜੀਆਂ ਲਾਸਟ ਦੋ ਆ ਨਾ ਉਹ ਤੁਹਾਡੀਆਂ ਹੁੰਦੀਆਂ ਆ ਖੁਦਾ হাফেজ ਅੱਲਾਹ হাফেজ ਵਾਗਰੂ ਤੈਨੂੰ ਹੁਣ ਸਦਬੁੱਧੀ ਜਲਦੀ ਦੇਊਗਾ ਧੰਨਵਾਦ ਵੀਰੋ ਜਉਂਦੇ ਬਸਦੇ ਰਹੋ ਚੜ੍ਹਦੀ ਕਲਾ ਚ ਰਹੋ ਤੇ ਮੈਂ ਚੱਲਦਾ ਕਰੇਨਵਾਲ ਦਿਖਾ ਦਵਾਂ ਤੁਹਾਨੂੰ ਰਵੀ ਸ਼ੇਰ ਸਿੰਘ ਮੱਲੀ ਪਰਪਕਾਰ ਸੰਧੂ ਵੀਰ ਜੀ ਪਤਾ ਕੀ ਗੱਲ ਆ ਤੁਨ ਮੈਂ ਚਲੋ ਚਲੀ ਜਾਂਦੇ ਆ ਕ੍ਰੇਨ ਕੋਲ ਥੋੜੀ ਥੋੜੀ ਗੱਲਬਾਤ ਕਰਦੇ ਇਹ ਬੰਦਾ ਕੀ ਆ ਵਾਲਮੀਕ ਭਾਈਚਾਰੇ ਦੇ ਸਿਰ ਦੇ ਉੱਤੇ ਬੰਦੂਕ ਰੱਖ ਕੇ ਚਲਾ ਰਿਹਾ ਇਹ ਬੰਦਾ ਪਤਾ ਕੀ ਆ ਇਹ ਬੰਦਾ ਜਿਹੜਾ ਆ ਮਜਬੀ ਸਿੰਘਾਂ ਦਾ ਬਣੀਗਾ ਏ ਇਹ ਉਹਨਾਂ ਦੇ ਵੀ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੇ ਆ ਜਦ ਕਿ ਮذਬੀ ਸਿੱਖ ਤੇ ਜੱਟ ਨਾ ਤੇ ਕਦੀ ਵੱਖ ਹੋਇਆ ਤੇ ਨਾ ਉਹਨਾਂ ਦਾ ਇੱਕ ਦੂਜੇ ਤੋਂ ਬਿਨਾਂ ਗੁਜ਼ਾਰਾ ਤੇ ਨਾ ਉਹਨਾਂ ਦਾ ਸਰ ਨਾ ਇੱਕ ਦੂਜੇ ਤੋਂ ਬਿਨਾਂ ਉਹਨਾਂ ਇਕੱਠੇ ਰਹਿਣਾ ਆ ਸ਼ੁਰੂ ਤੋਂ ਇਕੱਠੇ ਸਕੂਲ ਚ ਪੜਦੇ ਵੀ ਆਏ ਆ ਸਭ ਕੁਝ ਕਰਦੇ ਆਏ ਆ ਤੇ ਜਿਹੜੇ ਇਹ ਗੱਲ ਕਹਿੰਦੇ ਆ ਨਾ ਵੀ ਨਿਹੰਗ ਸਿੰਘ ਵੱਖਰਾ ਪੜਾਵ ਬਣਾ ਕੇ ਖਵਾਉਂਦੇ ਆ ਪ੍ਰਸ਼ਾਦਾ ਪਾਣੀ ਕਿਉਂ ਖਵਾਉਂਦੇ ਮذਬੀ ਸਿੰਘਾਂ ਨੂੰ ਓ ਬਾਈ ਜੀ ਤੁਸੀਂ ਇਹ ਜਿਹੜੇ ਬੰਦੇ ਨਾ ਉਹ ਸਵਾਲ ਨਾ ਉਹ ਨਿਹੰਗ ਸਿੰਘਾਂ ਨੂੰ ਪੁੱਛਿਆ ਕਰੋ ਕਿਉਂਕਿ ਨਿਹੰਗ ਸਿੰਘ ਵੀ ਮਜਬੀ ਸਿੰਘ ਬਣੇ ਨਿਹੰਗ ਸਿੰਘ ਵੀ ਹੈਗੇ ਆ ਨਾ ਉਹ ਸਵਾਲ ਤੁਸੀਂ ਉਹਨਾਂ ਕੋਲ ਵੀ ਪੁੱਛ ਸਕਦੇ ਹੋ ਹਨ ਤੇ ਬਾਕੀ ਵੀਰ ਮੇਰੇਓ ਜਟਾ ਨੇ ਤੇ ਮਜਬੀ ਸਿੰਘਾਂ ਨੇ ਰਹਿਣਾ ਇਕੱਠੇ ਇੱਕ ਦਾ ਇੱਕ ਡਾਕਟਰਾ ਜੋਰ ਲਾਲਾ ਤੇਰੇ ਕੋ ਜੋਰ ਲਾਲਾ ਤੂੰ ਪੂਰਾ ਜਿੰਨਾ ਲੱਗਦਾ ਲਾਲਾ ਪਰ ਥੋੜਾ ਸਮਾਂ ਹੀ ਆ ਜਿੱਦਾਂ ਚੀਮੇ ਦਾ ਟਾਈਮ ਆਇਆ ਹੈਗਾ ਬਾਦ ਦੇ ਵਿੱਚ ਕੀ ਹਾਲ ਹੋਈ? ਹੱਥ ਨਹੀਂ ਮਲਾਉਣਾ। ਤੈਨੂੰ ਪਤਾ ਹੀ ਆ ਹਨਾ ਤੇ ਜਿੱਦਾਂ ਚੀਮੇ ਦਾ ਟਾਈਮ ਆਇਆ ਸੀ ਤਾਂ ਉਸ ਤੋਂ ਬਾਅਦ ਆ ਮੰਤਰੀ ਦਾ ਟਾਈਮ ਆਇਆ ਸੀ ਨਾ ਕਿਉਂਕਿ ਤੇਰ ਕੋ ਮੁੱਦਾ ਸਿਰਫ ਇੱਕੋ ਯਾ ਜੱਟ 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 ਤੇਰ ਕੋ ਮੁੱਦਾ ਹੋਰ ਕੋਈ ਹੈ ਹੀ ਨਹੀਂਗਾ ਸੋ ਮੇਰੇ ਸੱਜਣਾ ਡਾਕਟਰ ਦੋ ਵੀਡੀਓ ਜੇ ਤੇਰੀਆਂ ਅਸੀਂ ਸ਼ੇਅਰ ਕਰਤੀਆਂ ਨਾ ਤੂੰ ਤਾਂ ਸਾਡੀਆਂ ਨਵੀਆਂ ਫਰੈਸ਼ ਕਰ ਰਿਆ ਆਂ ਸਾਨੂੰ ਫੇਮਸ ਕਰ ਰਿਆ ਤੂੰ ਅੱਛਾ ਤੂੰ ਸਾਡੇ 40 ਮੁਕਤੀਆਂ ਨੂੰ ਕਵੇਂ ਸਾਡੇ ਫਿਰ ਸਾਡੇ ਅਸੀਂ ਸਾਡੇ ਕਹੀਏ ਵੀ 40 ਮੁਕਤੇ ਸਾਡੇ ਆ ਤੁਹਾਡੇ ਨਹੀਂ ਉਹ ਤੁਹਾਡੇ ਵੀ ਸਾਰਿਆਂ ਦੇ ਜਰਨਲ ਸਾਰਿਆਂ ਦੇ ਸਾਂਝੇ ਆ ਤੂੰ ਕਹਿ ਰਿਹਾ ਕਿ 40 ਮੁਕਤੇ ਜੱਟਾਂ ਦੇ ਵਿੱਚੋਂ ਹੀ ਇਹ ਬਦਾਵੀ ਇਹ ਹੀ ਇਹ ਭੱਜ ਕੇ ਪਘੌੜੇ ਜੱਟ ਡਰਪੋਕ ਇਹ ਇਹ ਮੰਨੂਆਦ ਫਰਾਨਾ ਢਿੰਗੜਾ ਉਹ ਜੇ ਸਾਡੇ ਫਿਰ ਸਾਨੂੰ ਦੁੱਖ ਨਹੀਂ ਲੱਗਦਾ ਸਾਡੀਆਂ ਭਾਵਨਾ ਨੂੰ ਠੇਸ ਨਹੀਂ ਲੱਗਦਾ ਫਿਰ ਤੇਰੇ ਤੇ ਪਰਚਾ ਨਹੀਂ ਬਣਦਾ ਤੇਰੇ ਤੇ ਵੀ ਪਰਚਾ ਬਣਦਾ ਫਿਰ ਇਹ ਸਾਡੀ ਢੇਲਿਆ ਕਿ ਅਸੀਂ ਤੇਰੇ ਤੇ ਪਰਚਾ ਕਰਵਾ ਨਹੀਂ ਰਹੇ ਅਸੀਂ ਚਾਹੁੰਦੇ ਹਾਂ ਕਿ ਅਜੇ ਥੋੜਾ ਟਾਈਮ ਉਧਰੋਂ ਸਾਡੇ ਜੱਟ ਵੀਰ ਜਿਹੜੇ ਆ ਭਰਾ ਜਾ ਸਾਡੇ ਮਜੀਬ ਸਿੰਘ ਭਰਾ ਤੇਰੇ ਮਗਰ ਲੱਗੇ ਆ ਤੇ ਤੂੰ ਸਹਾਰਾ ਪਤਾ ਕਿੰਨਾ ਦਾ ਲੈ ਰਿਆ ਵਾ ਤੂੰ ਸਹਾਰਾ ਆ ਲੈ ਰਿਆ ਵਾ ਆਪਣਾ ਆ ਵਾਲਮੀਕ ਸਮਾਜ ਦਾ ਜਾਣ ਬੁੱਝ ਕੇ ਗੱਲ ਤੇਰੇ ਤੇ ਆਉਂਦੀ ਆ ਹਾਂਜੀ ਵੀਰ ਜੀ ਸ਼ੇਅਰ ਕਰ ਦਿਓ ਤੂੰ ਕਿੰਨੀਆਂ ਤੂੰ ਮੈਨੂੰ ਕਹਿੰਦਾ ਮੈਂ ਤੈਨੂੰ ਗਾਲਾਂ ਕੱਢੀਆਂ ਗਾਲਾਂ ਕੱਢੀਆਂ ਗੰਦ ਬੋਲਿਆ ਮੈਂ ਤੇ ਤੈਨੂੰ ਹੁਣ ਵੀ ਧੀ ਕਰਦਾ ਗੰਦੀ ਤੋਂ ਗੰਦੀ ਗਾਲ ਕੱਢਾਂ ਪਤਾ ਕਿਉਂ ਤੂੰ ਕੀ ਕਹਿਣਾ ਤੂੰ ਕੀ ਕਹਿਣਾ ਤੇਰੀਆਂ ਵੀਡੀਓ ਦੇ ਵਿੱਚ ਜੱਟਾਂ ਨੂੰ ਆਪਣਾ ਕੀ ਨਾਲ ਦਾ ਸਾਲਾ ਬਣਾ ਲਓ ਤੇ ਫਲਾਣਾ ਬਣਾ ਲਓ ਤੇ ਢਿੰਗੜਾ ਬਣਾ ਲਓ ਤੂੰ ਵੀ ਤਾਂ ਸ਼ਰਮ ਕਰ ਬਸ ਹੁਣ ਤੈਨੂੰ ਲਾਸਟ ਵਾਰਨਿੰਗ ਹੈ ਤੇ ਮੈਂ ਵੀਰਾਂ ਨੂੰ ਬੇਨਤੀ ਇਹ ਕਰਦਾ ਮੈਂ ਇੱਕ ਮਿੰਟ ਯਾਰ ਮੈਂ ਮਾੜਾ ਜਿਹਾ ਸਾਈਡ ਤੇ ਉਹ ਲੈ ਲੈਂਦਿਓ ਮੈਂ ਵੀਰਾਂ ਨੂੰ ਇਹ ਬੇਨਤੀ ਕਰਦਾ ਮੈਂ ਕਿ ਜਿਹੜੀਆਂ ਵੀਡੀਓ ਪਾਈਆਂ ਨੇ ਇਹਦੀਆਂ ਤਿੰਨ ਤਿੰਨ ਵੀਡੀਓ ਪਾਈਆਂ ਜਿਹੜੀਆਂ ਹੁਣੇ ਹੁਣੇ ਪਾਈਆਂ ਇੱਕ ਕੱਲ ਦੋ ਪਾਈਆਂ ਅੱਜ ਇੱਕ ਪਾਈ ਸਵੇਰੇ ਹੁਣੇ ਚੱਕ ਦਿਓ ਫੱਟੇ ਇੰਨੀ ਕਾ ਜ਼ਿਆਦੀ ਸ਼ੇਅਰ ਕਰੋ ਕਿ ਇਹਦਾ ਡਾਕਟਰ ਦਾ ਅਸਲੀ ਚਿਹਰਾ ਸਾਰਿਆਂ ਦੇ ਸਾਹਮਣੇ ਆ ਜਾਵੇ ਕਿ ਇਹ ਬੰਦਾ ਕਿਹਨਾਂ ਦਾ ਆਰਐਸਐਸ ਦਾ ਬੰਦਾ ਖੁਦ ਆਪਣੇ ਮੂੰਹੋਂ ਬੰਦਾ ਕਹਿ ਰਿਹਾ ਕਿ ਮੈਂ ਇਹਨਾਂ ਲੋਕਾਂ ਨੂੰ ਵਰਤਨ ਦਾ ਢੰਗ ਕਿਦਾਂ ਵਾ ਬੰਦਿਆਂ ਦੇ ਵਿੱਚ ਵੜਨਾ ਕਿਦਾਂ ਵਾ ਖੁਦ ਸਮਝਾ ਰਿਹਾ ਦੇਖੋ ਬੰਦਾ ਹੈ ਖੁਦ ਸਮਝਾ ਰਿਹਾ ਵਾ ਕਿ ਕਿੱਦਾਂ ਵੜਨਾ ਹੈ ਇਹਨਾਂ ਲੋਕਾਂ ਦੇ ਵਿੱਚ ਕਿੱਦਾਂ ਇਹਨਾਂ ਲੋਕਾਂ ਨੂੰ ਆਪਾਂ ਆ ਆਪਣੇ ਨਾਲ ਜੋੜ ਕੇ ਤੇ ਕਿੱਦਾਂ ਇਹਨਾਂ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਪਹਿਲਾਂ ਤਾਂ 10 ਦਿਨ ਲਾਓ ਪਿਆਰ ਦੇ ਨਾਲ ਇਹਨਾਂ ਉੱਤੇ ਜਫੀਆਂ ਪਾਓ ਮਿਲੋ ਗਿਲੋ ਐਦਾਂ ਸਮਝਾ ਰਿਹਾ ਵੀਡੀਓ 'ਚ ਤੇ ਫਿਰ ਇਹਨਾਂ ਨੇ ਜੈਲ ਜੈ ਵਾਲਮੀਕੀ ਜੇ ਬੋਲਣਾ ਪਵੇ ਉਹ ਵੀ ਬੋਲ ਦਿਓ ਤੇ ਜੇ ਆਪ ਬੋਲਣਾ ਪਵੇ ਤੇ ਉਹ ਵੀ ਬੋਲ ਦਿਓ ਫਲਾਨਾ ਵੀ ਬੋਲ ਦਿਓ ਫਿਰ ਅਸੀਂ ਬਸਰਦੇ ਆ ਆਂਦਾ ਮੈਨੂੰ ਸਿੱਖ ਸਿੱਖ ਤਾਂ ਬੰਨਣਾ ਪਿਆ ਕਿਉਂਕਿ ਇਹਦੇ ਵਿੱਚ ਮੇਰਾ ਬਚਾ ਸੀਗਾ ਇਹ ਵੀਡੀਓ ਸੁਣੋ ਇਹਦੀ ਪਾਈਏ ਤੁਸੀਂ ਸੁਣਦੇ ਕੀ ਜੇ ਤੁਸੀਂ ਸਿਰਫ ਇਹਦੀ ਬਕਵਾਸ ਹੀ ਸੁਣਦੇ ਜੇ ਤੁਸੀਂ ਉਹ ਵੀਡੀਓ ਦੇਖੋ ਪਾਈਆਂ ਜਿਹੜੀਆਂ ਹੁਣ ਮੈਂ ਉਹ ਸੁਣੋ ਇਹ ਆਰਐਸਐਸ ਦਾ ਬੰਦਾ ਮਜੀਬ ਸਿੰਘਾਂ ਤੇ ਜੱਟਾਂ ਸਿੱਖਾਂ ਦੇ ਵਿੱਚ ਵੈਰ ਪੁਆਰਿਆ ਵਿਰੋਧ ਪੁਆਰਿਆ ਇਹ ਲੜਾਊਗਾ ਕਿਸੇ ਦਿਨ ਤੁਹਾਨੂੰ ਮਾਰੂਗਾ ਸਾਰਿਆਂ ਨੂੰ ਇਹ ਚੱਲ ਜੰਦਾ ਪ੍ਰੋਗਰਾਮ ਕੀ ਗੱਲ ਹੋਈ ਖਰਾਬ ਹੋਈ ਰੋਗੀ ਆ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਤੁਰਪੂ ਹਵਾ ਗੁਰੂ ਕਰਪਾ ਕਰੇ ਸੋ ਮੈਂ ਕਮੈਂਟ ਪੜ ਲਾਂ ਸਿੱਧੂ ਕੋਟਿਆ ਸੁਪਿੰਦਰ ਸਿੰਘ ਸੰਦੀਪ ਸਿੰਘ ਬਾਵੇ ਬਕਾਲੇ ਤੋਂ ਡਾਕਟਰ ਖੋਤੀ ਆ ਆਰਐਸਐਸ ਦਾ ਕੁੱਤਾ ਹੈ ਹੀ ਕੋ ਬਿਲਕੁਲ ਆਰਐਸਐਸ ਦਾ ਹੀ ਆ ਮੈਂ ਤਾਂ ਹੁਣ ਜਿੰਨੇ ਆਪਣੇ ਭੈਣ ਭਰਾਵਾਂ ਨੂੰ ਆਪੇ ਇੱਕ ਭੈਣ ਆ ਉਹਦੀ ਆਡੀਓ ਪਾਈ ਮੈਂ ਉਹ ਭੈਣ ਮੈਨੂੰ ਲੱਗਦਾ ਮਜਬੀ ਸਿੱਖਾਂ ਚੋਂ ਆ ਦਿੱਲੀ ਤੋਂ ਹੀ ਉਹ ਉਹਨੇ ਤਾਂ ਜਲੂਸ ਕੱਢਿਆ ਆਂਦੀ ਤੂੰ ਪੁੱਤ ਕੀ ਦਾ ਇਹਨੂੰ ਪੁੱਛਿਆ ਡਾਕਟਰ ਨੂੰ ਵੀ ਤੂੰ ਪੁੱਤ ਕੀ ਦਾ ਮਾਂ ਤੂੰ ਤਾਂ ਆਪਣੇ ਆਪ ਨੂੰ ਸਿੰਘ ਕਹਿੰਨਾ ਤੇ ਪੁੱਤ ਕੀ ਦਾ ਆਂਦਾ ਆਂਦੀ ਉਹ ਭੈਣ ਨੇ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਦਾ ਪੋਤੇ ਆ ਕਿ ਕਿਹਦਾ ਪੋਤੇ ਆ ਤੂੰ ਇਹ ਆਂਦਾ ਮੈਂ ਡਾਕਟਰ ਅੰਬੇਦਕਰ ਦਾ ਪੁੱਤ ਆ। ਹਾਦ ਹੋਈ ਯਾਰ। ਉਦਾਂ ਤੋਂ ਖੰਡੇ ਪਾਟੇ ਦੀ ਪੌਲ ਲੈਣੀ ਆ। ਬਾਪ ਇੱਕ ਹੁੰਦਾ ਕਿ ਦੋ ਹੁੰਦੇ ਆ। ਚਲੋ ਅਸੀਂ ਡਾਕਟਰ ਭੀਮrao ਅੰਬੇਦਕਰ ਦਾ ਅਸੀਂ ਉਹਦਾ ਆਦਰ ਕਰਦੇ, ਮਾਣ ਕਰਦੇ ਆ। ਠੀਕ ਆ ਜੋ ਵੀ ਪਿੱਛੇ ਅਸੀਂ ਸਾਨੂੰ ਇਹਨਾ ਇਤਿਹਾਸ ਦਾ ਨਹੀਂ ਪਤਾ ਪਰ ਇਹ ਪੁੱਤ ਇਹਨੂੰ ਕੀ ਕਹਿਣਾ ਚਾਹੀਦਾ ਸੀ ਕਿ ਮੈਂ ਕਲਗੀਆਂ ਵਾਲੇ ਦਾ ਪੁੱਤ ਆ। ਫਿਰ ਮੈਂ ਇਹ ਰੰਗਰੇਟਾ ਇਹ ਫੇਰੇ ਬਣਦਾ ਸੀਗਾ ਆ। ਬਾਕੀ ਵੀਰ ਮੇਰੇ ਜੇ ਮੈਂ ਇਹਨੂੰ ਗਾਲਾਂ ਕੱਢੀਆਂ ਆ ਤੇ ਮੈਂ ਕਹਿਣਾ ਮੈਂ ਕੱਢੀਆਂ ਇਹਨੂੰ ਗਾਲਾਂ 40 ਮੁਕਤੇ ਬਦਾਵੀਏ ਜੱਟ ਜੱਟ ਡਰਪੋਕ ਇਹ ਸ਼ੂਦਰ ਇਹ ਫਲਾਨੇ ਇਹਨਾਂ ਨੇ ਉਹਨਾਂ ਨੂੰ ਮਾਰਤਾ ਇਹਨਾਂ ਨੇ ਜੱਟਾਂ ਦੀਆਂ ਆਪਣਾ ਮਰਬੀ ਸिखਾਲੀਆਂ ਕੁੜੀਆਂ ਨੇ ਇਦਾਂ ਕੀਤਾ ਇਹਨਾਂ ਨੇ ਉਦਾਂ ਕੀਤਾ ਐਦਾਂ ਕੀਤਾ ਕਰ ਕਰਕੇ ਇਹਨਾਂ ਨੇ ਸਾਡੇ ਜਿਹੜੇ ਆ ਮੈਂ ਤੁਹਾਨੂੰ ਮਰਬੀ ਸਿੰਘ ਹੀ ਪੈਣਾ ਵੀ ਇੱਥੇ ਹੋਣੀਆਂ ਆ ਆਜੋ ਮੈਂ ਚੱਲਦਾ ਤੁਹਾਨੂੰ ਮਲਾਉਣਾ ਆਜੋ ਮਲਾਉਣਾ ਕਿੰਨਾ ਕਿ ਅਸੀਂ ਮਾੜਾ ਕਰਦੇ ਆਂ ਜੱਟ ਕੇ ਇਹਨਾਂ ਧੱਕਾ ਕਿੰਨਾ ਕਿ ਕਰਦੇ ਆਜੋ ਇਹ ਵੀ ਦੇਖ ਲੈਣੇ ਅੱਜ ਆਜੋ ਆਪਾਂ ਇਹਦਾ ਜਲੂਸ ਅੱਜ ਪੂਰਾ ਕਰਦੇ ਆਂ ਬਲਦੇਵ ਸਿੰਘ ਜੀ ਸਿਰਾ ਹਾਂਜੀ ਸੋ ਵੀਰ ਬੰਦਾ ਜੋ ਜੁੜਿਆ ਆਪਣੇ ਨਾਲ ਆਜੋ ਚਲੋ ਤੁਹਾਨੂੰ ਇਹ ਵੀ ਦਿਖਾ ਲ ਦਿੰਨੇ ਆ ਕਿ ਅਸੀਂ ਜਿਹੜਾ ਮਜੀਬ ਸਿੰਘਾ ਨਾਲ ਕਿੰਨਾ ਕੁ ੱਤਕਾ ਕਰਦੇ ਆ ਔਰ ਇਹ ਬੰਦਾ ਉੱਥੇ ਪਹਿਣਾ ਵੀ ਆਪਣੀਆਂ ਕਣ ਕੱਢੀਆਂ ਵੱਡਣ ਇਹ ਇਹ ਇਹਦੀ ਇੱਕਾ ਤਸੱਲੀ ਲਈ ਅਸੀਂ ਇਹਨਾਂ ਨੂੰ ਦੱਸ ਹੀ ਦਿੰਨੇ ਮਾੜਾ ਜਿਹਾ ਵੀ ਅਸੀਂ ਕਿੰਨਾ ਕੁ ੱਤਕਾ ਕਰਦੇ ਆ ਠੀਕ ਹੈ ਜੀ ਬਾਕੀ ਬੇਨਤੀ ਕਰਦਾ ਹਾਂ ਸਾਰੇ ਵਾਲ ਵੀ ਵਾਲਮੀਕ ਭਾਈਚਾਰੇ ਨੂੰ ਜਿੰਨੇ ਵੀ ਆ ਰਵੀਦਾਸੀਆ ਭਾਈਚਾਰਾ ਜਦੋਂ ਰਵੀਦਾਸੀਆ ਦਾ ਮੰਦਰ ਟਾਇਆ ਹੀ ਨਾ ਤੇ ਉਦੋਂ ਲਾਲੀ ਬੋਲਿਆ ਹੀ ਗਰਜ ਕੇ ਭਾਈ ਨਿਰਮਲ ਸਿੰਘ ਜੀ ਦੀ ਡੈਥ ਹੋਈ ਠੀਕ ਆ ਉਹਨਾਂ ਨੂੰ ਜਗਾ ਨਹੀਂ ਮਿਲਦੀ ਸਭ ਤੋਂ ਪਹਿਲਾਂ ਬੋਲਿਆ ਲਾਲੀ ਇਹ ਉੱਥੇ ਵੀ ਨਹੀਂ ਬੋਲਿਆ ਕੁਛ ਨਹੀਂ ਬੋਲਿਆ ਬਾਅਦ ਚ ਬੋਲਿਆ ਦੋ ਚਾਰ ਦਿਨ ਹਟ ਕੇ ਠੀਕ ਆ ਆਜੋ ਤੁਹਾਨੂੰ ਮੈਂ 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 ਪੈਣਾ ਨਾ ਮਲਾਉਣਾ ਵੀ ਜੱਟ ਧੱਕਾ ਤੁਹਾਨੂੰ ਮਾਰਦੇ ਕੁੱਟਦੇ ਆ ਜਾਂ ਤੁਹਾਡੇ ਨਾਲ ਕਿਹੜਾ ਵਿਤਕਰਾ ਕਰਦੇ ਆ ਠੀਕ ਆ ਸਿੱਟੇ ਚ ਗੰਡੀਆਂ ਵਿਚਾਰੀਆਂ ਹੁਣ ਇਹਨਾਂ ਬਾਰੇ ਸੋਚ ਡਾਕਟਰ ਆ ਜਿਹੜੇ ਵਿਚਾਰੀਆਂ ਸਿੱਟੇ ਚ ਗੰਡੀਆਂ ਆ ਇਹਨਾਂ ਤੇ ਬੋਲ ਇਹ ਤੇਰ ਕੋ ਪਤੀ ਕਿਲੇ ਜ਼ਮੀਨ ਦੇ ਆ ਨਾ ਇਹਨਾਂ ਨੂੰ ਰਾਸ਼ਨ ਲੈ ਕੇ ਦੇ ਆ ਜੱਟ ਮਰ ਵੀ ਸਿੱਖਾਂ ਨੂੰ ਲੜਾ ਨਾ ਠੀਕ ਆ ਆਜੋ ਫਿਰ ਵੀ ਤੁਹਾਨੂੰ ਚਲੋ ਉਹਨਾਂ ਨੇ ਮਲਾ ਦੇਣਾ ਆਜੋ ਸ਼ੇਅਰ ਕਰੋ ਵੱਧ ਤੋਂ ਵੱਧ ਮੇਰਾ ਵੀਰ ਲਾਲੀ ਵੀਰ ਲਵ ਫਰੋਮ ਸਪੇਨ ਧੰਨਵਾਦ ਵੀਰੇ ਜਿੱਥੋਂ ਤੱਕ ਵੀਡੀਓ ਸ਼ੇਅਰ ਹੁੰਦੀ ਸ਼ੇਅਰ ਕਰੋ ਅੱਜ ਇਹਦਾ ਮੈਂ ਸਾਰਾ ਇਹਦਾ ਕੱਢਦਾ ਮੈਂ ਦਾ ਮੈਂ ਜਲੂਸ ਵੀ ਇਹ ਆਂਦਾ ਵੀ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਦੂਜੇ ਨੂੰ ਤੂੰ ਲੜਾਈ ਜਾਣ ਡਿਆ ਇੱਕ ਦੂਜੇ ਨੂੰ ਲੜਾ ਮਰਾ ਕੇ ਤੂੰ ਮੈਨੂੰ ਲੱਗਦਾ ਆਪ ਤੂੰ ਪਾਸੇ ਨਿਕਲ ਜਾਣਾ ਚਾਰ ਛਿਲੜ ਲੈ ਕੇ ਪੈਸੇ ਲੈ ਕੇ ਤੂੰ ਮੁੜ ਕੇ ਤੂੰ ਚੱਕ ਚੱਕ ਕੇ ਵੀਡੀਓ ਪਾਈ ਜਾਨਾ ਉੱਪਰ ਹੋਰ ਹੀ ਲਿਖੀ ਜਾਨਾ ਇੰਨਾ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਇਹ ਜਾਤਾਂ ਪਾਤਾਂ ਦੇ ਨਾਂ ਨੂੰ ਫੁਲਾ ਰਹੇ ਮੈਨੂੰ ਮੇਰੇ ਵੀਰ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਜਾਤਾਂ ਪਾਤਾਂ ਨੂੰ ਅਸੀਂ ਫੁਲਾ ਰਹੇ ਆ ਜੇ ਮੈਂ ਚਾਹਾਂ ਤਾਂ ਹੁਣੇ ਸਿੱਟੇ ਚੁਗਣ ਨੂੰ ਭਜਾ ਸਕਦਾ ਕਿ ਨਹੀਂ ਭਜਾ ਸਕਦਾ ਦੱਸੋ ਜੇ ਮੈਂ ਇਹੋ ਜਿਹਾ ਬੰਦਾ ਹੋਵਾਂ ਵੀ ਨਹੀਂ ਜੱਟ ਦੀ ਪੈੜੀ 'ਚ ਪੈਰ ਮੂਨੀ ਰੱਖਣਾ ਜੇ ਇਦਾਂ ਦੇ ਹੋਣ ਤੇ ਕਹੋਂ ਨੂੰ ਤੇ ਕਈ ਕੁਝ ਹੋ ਜੇ ਉਹ ਸਾਡੀਆਂ ਭੈਣਾਂ ਚੁਗਣ ਦੋ ਜਾ ਮੈਂ ਕਣਕ ਵੀ ਦਿੰਦਾ ਜੇ ਇਹਨਾਂ ਨੂੰ ਹੋਰ ਦੱਸੋ ਮੈਂ ਕਣਕ ਵੀ ਦਿੰਦਾ ਜੇ ਹੋਰ ਦੱਸੋ ਇਹ ਕੀ ਦਿੰਦਾ ਇਹ ਸਿਰਫ ਇਹ ਪਹਾੜਨ ਦੇ ਕੇ ਲੜਾਉਣ ਜੋਗਾ ਹੈ ਯਾਰ ਇਹਨੇ ਗੰਦ ਪਾਇਆ ਇਹਨੇ ਇਨਾ ਜਲੂਸ ਕੱਢਿਆ ਨਾ ਇਹਦੀਆਂ ਵੀਡੀਓ ਮੈਂ ਪਾਈਆਂ ਜਰੂਰ ਯਾਰ ਤਿੰਨ ਤਿੰਨ ਆਪਰ ਤਿੰਨ ਵੀਡੀਓ ਇਹਦੀਆਂ ਚੈੱਕ ਕਰਿਓ ਉਹ ਭੈਣਾਵਾਂ ਨੂੰ ਪੁੱਛਦੇ ਆਪਾਂ ਉਹਦਾਂ ਡਰ ਜਾਂਦੇ ਡਰ ਜਾਂਦੇ ਵੀ ਪਤਾ ਨਹੀਂ ਜਿੱਦਾਂ ਇਹਦੀ ਗੱਲ ਖਣੋ ਵੀ ਜੱਟ ਜਿਹੜੇ ਆ ਉਹ ਧੱਕਾ ਕਰਦੇ ਆ ਅੱਜ ਸਾਡੀਆਂ ਭੈਣਾਵਾਂ ਇਹ ਭੈਣਾ ਨੂੰ ਪੁੱਛ ਲੈਣੇ ਆ ਲੈ ਡਾਕਟਰ ਇਹਨਾਂ ਭੈਣਾ ਨੂੰ ਆਪਾਂ ਗਣਕ ਵੀ ਦੇ ਦੇਵਾਂਗੇ ਸਾਰਾ ਕੁਝ ਦੇ ਦੇਵਾਂਗੇ ਠੀਕ ਆ ਪਰ ਜਿਹੜਾ ਤੂੰ ਕਹਿਣਾ ਨਾ ਵੀ ਜਿਹੜੇ ਜੱਟ ਆ ਮਜਬੀਆਂ ਨਾਲ ਧੱਕਾ ਕਰਦੇ ਆ ਮੈਂ ਉਹਨਾਂ ਦੇ ਮੂੰਹ ਨਹੀਂ ਵਿੱਚ ਲੈ ਕੇ ਆਉਣੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੁੜ ਕੇ ਕੱਲ ਨੂੰ ਕਹੋ ਕਿ ਮੂੰਹ ਵਿੱਚ ਲੈ ਕੇ ਆਂਦੇ ਸਿਰਫ ਆਵਾਜ਼ ਸੁਣਾਉਂਗਾ ਧੰਨਵਾਦ ਵੀਰ ਦੀ ਧੰਨਵਾਦ 700 ਬੰਦਾ ਜੁੜਿਆ ਹਾਂਜੀ ਮਾਤਾ ਕੀ ਹਾਲਿਆ ਆ ਟਾਂਡਿਆਂ ਕੇ ਇਥੋਂ ਪਿੰਡੋਂ ਦੂਜਿਓ ਤੁੜਾਂ ਤੋਂ ਆਸ਼ਾ ਇੱਕ ਗੱਲ ਸੱਚੋ ਸਾਥ ਦੱਸਣੀ ਕਦੀ ਕੇਹ ਜੱਟ ਨੇ ਆਪਣੇ ਪਿੰਡ ਚੋਂ ਕਿਸ ਮਜਬੀ ਨੂੰ ਗਾਲ ਕੱਢੀ ਪਤਾ ਨਹੀਂ ਹਾਲੇ ਤੱਕ ਕਦੀ ਦੇਖੀ ਨਹੀਂ ਨਹੀਂ ਉਦਾਂ ਉਦਾਂ ਕਿਸੇ ਨੇ ਗਾਲ ਕੱਢੀ ਨਹੀਂ ਨਾ ਨਹੀਂ ਨਹੀਂ ਸੱਚ ਦੱਸਿਓ ਵੀ ਆਪਾਂ ਕਦੀ ਗਾਲ ਕੱਢੀ ਤੁਹਾਨੂੰ ਤੁਸੀਂ ਕਦੋਂ ਦੀਆਂ ਆਉਂਦੀਆਂ ਜੇ ਇੱਥੇ ਹੈ ਮੈਂ ਤਾਂ ਆ ਵੀਰੋ ਆ ਸੁਣ ਲੋ ਆ ਦੇਖੋ ਮਾਂ ਦੇ ਉਮਰ ਦੀ ਆ ਉਹ ਸਾਡੇ ਬੱਚੀ ਆ ਹਨਾ ਆ ਪੈਣਾ ਸਾਡੇ ਕੋ ਅੱਜ ਦੀਆਂ ਨਹੀਂ ਬੜੇ ਚਿਰ ਦੀਆਂ ਇੱਥੇ ਆਉਂਦੀਆਂ ਠੀਕ ਆ ਅਸੀਂ ਹਮਟਣਾ ਤੇ ਵੀ ਆਉਂਦੀਆਂ ਹਨਾ ਨਾ ਕਿਸੇ ਨੂੰ ਮਾੜਾ ਸ਼ਬਦ ਤੇ ਨਾ ਗੰਦੀ ਨਿਗਾਹ ਰੱਖਣ ਵਾਲੇ ਬੰਦੇ ਆ ਠੀਕ ਆ ਜਿਹੜੀ ਤੂੰ ਗੱਲਾਂ ਕਰਦਾ ਨਾ ਲੁਧਿਆਣੇ ਦੇ ਵਿੱਚ ਬਹਿ ਕੇ ਉਹ ਨਾ ਕਰ ਮੇਰਾ ਭਰਾ ਲੜਾਈ ਨਾ ਪਵਾ ਇੱਕ ਦੂਜੇ ਦੇ ਵਿੱਚ ਚੰਗੇ ਨਹੀਂ ਲੱਗੀਦਾ ਜੱਟ ਨਾ ਜੱਟ ਦਾ ਮਰਜੀ ਸਿੰਘ ਤੋਂ ਬਿਨਾ ਸਰ ਸਕਦਾ ਤੇ ਨਾ ਮਰਜੀ ਦਾ ਜੱਟ ਤੋਂ ਬਿਨਾ ਸਰ ਸਕਦਾ ਨਹੀਂ ਇਹ ਗੱਲ ਪੱਕੀ ਕਿ ਨਹੀਂ ਹਾਂ ਆ ਭੈਣ ਦੀ ਗੱਲ ਬੜੀ ਚੰਗੀ ਲੱਗੀ ਮੈਨੂੰ ਤੂੰ ਦੱਸਦੇ ਭੈਣ ਮੇਰੀ ਏ ਜੱਟ ਦਾ ਮਰਜੀ ਦੇ ਬਿਨਾ ਤੇ ਮਰਜੀ ਸਿੰਘ ਦਾ ਜੱਟ ਦੇ ਬਿਨਾ ਸਰ ਸਕਦਾ ਕਦੀ ਨਹੀਂ ਸਰਦਾ ਆ ਸੁਣ ਲਿਆ ਤੂੰ ਚਵਲਾ ਤੂੰ ਕਿਉਂ ਕਹੀ ਜਾਨਾ ਕਿ ਅਸੀਂ ੱਤਕਾ ਕਰਦੇ ਆ ਅਸੀਂ ਉਹ ਕਰਦੇ ਆ ਅਸੀਂ ਜੇ ਕਰਦੇ ਆ ਅਸੀਂ ਕੁਛ ਨਹੀਂ ਕਰਦੇ ਭਰਾਵਾ ਜਾਂ ਚਾਰੇ ਭੈਣਾ ਨੂੰ ਇਹ ਚਾਰੇ ਭੈਣਾ ਨੂੰ ਮੈਂ ਕਣਕ ਵੀ ਦੰ ਦਊਗਾ ਠੀਕ ਆ ਤੇ ਤੂੰ ਨਾ ਆਪਣੀਆਂ ਬੋਲ ਬਲਈਆ ਜਿਹਾ ਬੰਦ ਕਰ ਤੇਰਾ ਹੌਲੀ ਹੌਲੀ ਖਲਾਰਾ ਪਾਵਾਂਗੇ ਸਾਰਾ ਜੇ ਤੂੰ ਐਡਾ ਕੀਤਾ ਤੇ ਅਜੇ ਤੇ ਮੈਂ ਚੁੱਪ ਕੀਤਾ ਜੇ ਮੈਂ ਆਪਣੇ ਪਿੰਡ ਚਲ ਗਿਆ ਨਾ ਆਪਣੇ ਪਿੰਡ ਗੱਲ ਸੁਣ ਡਾਕਟਰ ਅਗਰਿੰਦਰ ਜੇ ਮੈਂ ਆਪਣੇ ਪਿੰਡ ਚਲ ਗਿਆ ਤੇ ਸਾਰੇ ਮਜਵੀਆਂ ਨੂੰ ਇਕੱਠਾ ਕਰ ਲਿਆ ਵੀ ਦਾ ਭਰਾਵਾਂ ਨੂੰ ਸਾਰੇ ਮਜਵੀ ਸਿੰਘ ਇਕੱਠੇ ਕਰ ਲਏ ਤੇ ਜੇ ਜੰਡੇਆਲੇ ਚਲ ਗਿਆ ਜੰਡੇਆਲਾ ਗੁਰੂ ਦਾ ਜੰਡੇਆਲਾ ਉੱਥੇ ਬਾਲ ਮਿੱਕੀ ਭਾਈਚਾਰ ਇਹਨੂੰ ਇਕੱਠਾ ਕਰ ਲਿਆ ਤੇ ਤੇਰਾ ਨਿਗਲ ਜਲੂਸ ਜਾਣਾ ਹੀ ਉਹ ਸਾਰੇ ਯਾਰ ਹੀ ਮੇਰੇ ਅੱਜ ਮੈਂ ਚੁੱਪ ਕੀਤਾ ਬੰਦਾ ਬਣ ਕੇ ਬੈਠਾ ਰਹਿ ਆਪਣੀਆਂ ਹਰ ਕਿਤਾਦੋ ਬਾਜ ਆ ਜਾ ਜੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਸਾਡੇ ਸਾਰੇ ਹੀ ਇੱਕ ਆ ਓਕੇ ਮੇਰੇ ਵੀਰੋ ਕਮੈਂਟ ਪੜ ਲਾ ਥੋੜਾ ਜਿਆਦੇ ਮੁੜ ਕੇ ਆਪਾਂ ਲਾਲੀ ਫੱਟੇ ਚੱਕ ਕਿਵੇਂ ਆ ਬਾਈ ਵਧੀਆ ਰਾਣੇ ਵੀਰ ਬਲਦੇਵ ਸਿੰਘ ਜੋਹੜ ਗੁਰਦੇਵ ਵੜਾਹ ਤੇ ਵੀਰੋ ਵੀਡੀਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਮੇਰਾ ਵੀਰ ਇੰਨੀ ਬੇਨਤੀ ਪ੍ਰਵਾਨ ਕਰਿਓ ਕਿਉਂਕਿ ਜਿਹੜੀਆਂ ਤਿੰਨ ਵੀਡੀਓ ਪਾਈਆਂ ਉਹਨਾਂ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ ਇਹਦੀ ਕਰਤੂਤ ਬਾਰੇ ਕਿ ਇਹ ਆਰਐਸਐਸ ਦਾ ਬੰਦਾ ਆ ਰੋਮੀ ਪਵਾਰ ਲਾਲੀ ਵੀਰ ਕੀ ਹਾਲ ਵਧੀਆ ਪਰਮਜੀਤ ਸਿੰਘ ਮਾਣੋ ਕੇ ਗੁੱਡ ਬਾਈ ਪ੍ਰਕਾਰ ਸਿੰਘ ਵਾਹਿਗੁਰੂ ਕਿਰਪਾ ਕਰੇ ਤੇਰੇ ਤੇ ਵੀਰ ਲਾਲੀ ਧੰਨਵਾਦ ਵੀਰੇ ਇਹ ਗਾ ਮੈਨੂੰ ਤਾਂ ਦੱਸਣਾ ਜ਼ਰੂਰੀ ਪਿਆ ਤਾਂ ਕਰਕੇ ਯੂਆਰ ਨੰਬਰ ਬਰੋ ਦੱਸ ਦੇਣਾ ਵੀਰੇ ਨੰਬਰ ਮੈਂ ਦੱਸ ਦਿੰਨਾ ਦੱਸ ਦਿਨਾ ਮੈਂ ਨੰਬਰ ਮੈਂ ਮਸ਼ੀਨ ਲੱਗੇ ਜਾ ਕੇ ਵੀਡੀਓ লাইਵ ਬੰਦ ਕਰ ਦੇਣੀ ਉਹਨੇ ਜੇ ਤੁਹਾਡੇ ਕਮੈਂਟ ਹੀ ਪੜਨੇ ਹਰਮਿੰਦਰ ਸਿੰਘ ਹਰਪ੍ਰੀਤ ਸਿੰਘ ਸਿੱਧੂ ਹੁਣ ਤੇ ਹੁਣ ਤੇ ਮਜਬੀ ਸਿੰਘ ਵੀਰੋ ਹੁਣ ਤੇ ਕੱਤੀ ਕੱਟਾ ਨਿਕਲ ਗਿਆ ਨਾ ਕਿ ਅਸੀਂ ਕਿੰਨਾ ਕੁ ਧੱਕਾ ਕਰਦੇ ਆ ਨਾ ਮਜਬੀ ਦਾ ਤੇ ਨਾ ਜੱਟ ਦਾ ਦੋਵਾਂ ਦਾ ਰਿਸ਼ਤਾ ਐਦਾਂ ਦਾ ਕਿ ਉਹਨਾਂ ਦੋਵਾਂ ਦਾ ਇੱਕ ਦੂਜੇ ਤੋਂ ਬਿਨਾ ਨਹੀਂ ਸਰ ਸਕਦਾ ਤੇ ਤੂੰ ਵੰਡੀਆਂ ਲੜਾਈਆਂ ਨਾ ਆਪਾ ਮੈਂ ਮਰਜੀ ਸਿੰਘ ਭਰਾਵਾਂ ਨੂੰ ਬੇਇਨਤੀ ਕਰਦਾ ਭਰਾਵਾਂ ਮੈਂ ਤੁਹਾਡੇ ਗੋਡੇ ਫੜ ਲੈਣਾ ਸੱਚ ਪਹਿਚਾਨ ਲਓ ਗੋਡੇ ਫੜ ਲੈਣਾ ਹੀ ਇਹ ਤੋਂ ਛੜਦੇ ਨਹੀਂਗੇ ਜਲਦੇ ਨਹੀਂਗੇ ਅਸੀਂ ਇਸ ਬੰਦੇ ਤੋਂ ਜਲਦੇ ਬਿਲਕੁਲ ਨਹੀਂ ਸਿੱਖ ਲਈ ਸਿੱਖੀ ਲਈ ਪ੍ਰਚਾਰ ਕਰੇ ਪਰ ਜਿਹੜੀ ਆ ਵੀਡੀਓ ਤੁਸੀਂ ਇਹਦੀਆਂ ਤਿੰਨ ਸੁਣੋਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਬੰਦਾ ਕੀ ਐ ਖੋਖਾ ਬੰਦਾ ਆ ਅਸਲ ਦੇ ਵਿੱਚ ਇਹਨੇ ਨੌਕਰੀ ਕਿਉਂ ਛੱਡੀ ਕਿਉਂ ਛੱਡਣੀ ਪਈ ਨੌਕਰੀ ਕਿਸੇ ਵਜ੍ਹਾ ਕਰਕੇ ਨਾ ਕੋਈ 2.5 ਲੱਖ ਰੁਪਏ ਦੀ ਨੌਕਰੀ ਨੂੰ ਲੱਤ ਮਾਰ ਕੇ ਐਵੇਂ ਨਹੀਂ ਆ ਜਾਂਦਾ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਤੁਸੀ ਸਮਝੋ ਮੈਂ ਤੁਹਾਡੇ ਪੈਰ ਫੜ ਲਈ ਤਿਆਰ ਆ ਜਿੱਥੇ ਕਹੋਗੇ ਨਕਰ ਪਰ ਇਸ ਬੰਦੇ ਤੋਂ ਬਚ ਕੇ ਹੁਣ ਕਹੀ ਜਾਣਾ ਇਹ ਲੱਭਦਾ ਸੀਟ ਵੀ ਮੈਨੂੰ ਵੋਟਾਂ ਮੈਂ ਖੜਾ ਹੋਊਂਗਾ ਰਾਜਨੀਤੀ ਕਰਕੇ ਤੇਰਾ ਭਾਂਡਾ ਇੱਥੇ ਪਹਿਲਾਂ ਹੀ ਫਟ ਗਿਆ ਕਿਉਂਕਿ ਤੂੰ ਪਹਿਲਾਂ ਹੀ ਬੜਾ ਬੁੜਕ ਗਿਆ ਤੇਰਾ ਭਾਂਡਾ ਜਿਹੜਾ ਵਾ ਖੁੱਲ ਗਿਆ ਉਹਨੂੰ ਔਰ ਦੂਜੀ ਗੱਲ ਤੇ ਨਹੀਂ ਦੱਸਾਂ ਨੀਟੂ ਛਟੜਾਂ ਵਾਲੇ ਵਾਂਗੂ ਤੈਨੂੰ ਤਿੰਨ ਵੋਟਾਂ ਵੀ ਨਹੀਂ ਕਿਸੇ ਨੇ ਪਾਉਣੀਆਂ ਧੰਨਵਾਦ ਮੇਰੇ ਵੀਰ ਜਿਉਂਦੇ ਵਸਦੇ ਰਹੋ